मैं इथे परोडकट न पेश करने दी कोशिश की है जो कि एक ऑपरेटर है पर बारी प्रोडक्ट तुसी देखोगे सैट का बारी परोडकट है प्रोजेक्शन ऑपरेटर की जायदाद की है आओ मैं पुछदा हाँ ये प्रोजैक्शन की ऑपरेटर जायदाद की है जेकर इस वार करते हो

ਅਸੀਂ ਇੱਕ ਆਰਥੋਨਰਮਲ ਅਦਾਰ ਲਿਆ ਹੈ ਤਾਂ ਜੋ ਉਹ ਇੱਕ ਹੈ ਇਸ ਲਈ ਫਾਈ ਇੱਕ ਫਾਈ ਇੱਕ ਦੇ ਸਮਾਨ ਹੈ ਇਹ ਇੱਕ ਪ੍ਰੋਜੈਕਸ਼ਨ ਆਪਰੇਟਰ ਦੀ ਸੰਪਤੀ ਹੈ ਅਤੇ ਕਈ ਵਾਰ ਮੈਂ ਟੋਪੀ ਨਹੀਂ ਪਾਉਂਦਾ ਪਰ ਹੁਣ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਕਰ ਰਹੇ ਹਾਂ ਜਦੋਂ ਮੈਂ ਇੱਕ ਬਾਰੀ ਪ੍ਰੋਡਕਟ ਲਿਖਦਾ ਹਾਂ ਇੱਕ ਆਪਰੇਟਰ ਹੁੰਦਾ ਹੈ ਇਸ ਲਈ ਪ੍ਰੋਜੈਕਸ਼ਨ ਆਪਰੇਟਰ ਦੀ ਵਿਸ਼ੇਸ਼ਤਾ ਹੈ ਇਸ ਦੇ ਇਗਨ ਵੈਲਿਊਜ਼ ਕੀ ਹਨ ਹੁਣ ਤੁਸੀਂ ਦੋ ਡਾਈਮੈਂਸ਼ਨਲ ਵੈਕਟਰ ਸਪੈਸ਼ ਵਿੱਚ ਦੇ ਸਕਦੇ ਹੋ ਤੁਸੀਂ ਇਹਨੂੰ 2 ਕ੍ਰਾਸ 2 ਮੈਟ੍ਰਿਕਸ ਸੱਜੇ ਮੁੜ ਲਿਖ ਸਕਦੇ ਹੋ ਤਾਂ ਆਓ ਅਸੀਂ ਲਿਖੀਏ ਕਿ ਫਾਈ 1 ਨੂੰ 1 ਸਿਫਰ ਮੰਨਿਆ ਜਾਂਦਾ ਹੈ ਅਤੇ ਫਾਈ 2 ਨੂੰ 0 1 मन्न्या जानदा है कि फाई इक फाई इक इक सिफर 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 है। इस दे ईगन वेल यूज की हान सिफर अते इक सजे जी राज उस उपस्पेश विच है ता ए उसे तरानाल प्रोजेक्ट की ता जावेगा जिवे की ए है ਪਰ ਜੇਕਰ ਇਹ ਸਬ ਸਪੇਸ ਵਿੱਚ ਨਹੀਂ ਹੈ ਤਾਂ ਇਹ ਜ਼ੇ ਹੋਣ ਜਾ ਰਿਹਾ ਹੈ ਤਾਂ ਜੋ ਤੁਸੀਂ ਇੱਥੇ ਕੁਝ ਸੰਤੁਸ਼ਟ ਕਰ ਸਕੋ ਭੀ x² p1 ਉਸ ਇਕੁਏਸ਼ਨ ਨੂੰ ਹੱਲ ਕਰ ਸਕਦਾ ਹੈ ਤੁਸੀਂ p1 x² p1 ਨੂੰ 0 ਦੇ ਬਰਾਬਰ ਦੁਬਾਰਾ ਲਿਖ ਸਕਦੇ ਹੋ ਜਿਸ ਦਾ ਅਰਥ ਹੈ p1 ਜਾਂ ਤਾਂ 0 ਦੇ ਰੇਹਾ ਹੈ ਜਾਂ ਇੱਕ ਨੂੰ ਇਗਨ ਵੈਲੇ ਯੂਜ਼ ਵੱਜੋ ਇਸ ਲਈ ਇਹ ਕੰਡੀਸ਼ਨ ਜਦੋਂ ਮੈਂ ਲਿਖਦਾ ਹਾਂ ਕਿ ਇਹ ਦੋ ਆਪਰੇਟਰਾਂ ਦਾ ਪ੍ਰੋਡਕਟ ਹੈ ਇੱਕ ਕੰਡੀਸ਼ਨ ਜਾਂ ਤਾਂ ਮੈਨੂੰ ਦੱਸੇਗੀ ਕਿ ਪੀ ਇੱਕ ਸਫਰ ਹੈ ਜਾਂ ਪੀ ਇੱਕ ਬਰਾਬਰ ਹੈ ਇੱਕ ਦੱਬਾ ਸੇਹੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਇਸ ਨੂੰ ਇਹਨਾਂ ਰੁਕਾਵਟਾਂ ਦੇ ਨਾਲ ਵੀ ਇੱਕ ਵਰਗ ਬਰਾਬਰ ਵੀ ਇੱਕ ਨੂੰ ਵੀ ਸੰਤੁਸ਼ਟ ਕਰਨਾ ਚਾਹੀਦਾ ਹੈ ਇਹ ਇੱਕ ਕੋ ਇੱਕ ਸੰਭਾਵਨਾ ਠੀਕ ਹੈ इसलिए इस प्रोजेक्शन ऑपरेटर की सुंदरता है जिथे ए बारी प्रोडक्ट फाई एक फाई एक फाई एक सिफर 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 है तो दूसरा प्रोडक्ट फाई फाई दो सिफर 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 एक होई एक फाई दो की है फाई एक फाई दो प्रोजेक्शन ऑपरेटर नहीं है पर ए अजे दो बाई दो मैट्रिकस है मैट्रिकस की है कोई मेरी मदद कर सकता है ए एक सिफर है जो एक कालम है जो सिफर एक नाई दो फाई एक सिफर सिफर एक सिफर की है इसलिए महंगी करण की करन कोशिश कर रहा हाँ मैं ये दिखाई की कोशिश की है कि बारी परोडकर चार संभावनावान जो मैं दो अदारा दो डायमेंशनल वैक्टर स्पैश लिख सकता हाँ उन्होंने बारी परोडकर दिता जा सकता है ये दो वंडो दो मैटरिसिज दाज जो कि गैर सिफर है इसलिए एक दो एलीमेंट की तरह दिखाई दिता है जो गैर सिफर है ए दो एक एलिमेंट दी तरह जापता है जो गैर सिफर है अते पहला वाला डायगोनल एलिमेंट सी एक गैर सिफर सज्जे सी फाई एक फाई एक कते फाई एक फाई एक एक सिफर 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 है अति फाई दो फाई दो सिफर 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 एक है ਇਸ ਲਈ ਇਹ ਤੁਹਾਨੂੰ ਕੁਝ ਦੱਸਣਾ ਚਾਹੀਦਾ ਹੈ ਕੋਈ ਵੀ 2 बाई 2 ਮੈਟ੍ਰਿਕਸ ਤੁਸੀਂ ਲਿਖਦੇ ਹੋ ਇਸ ਡਾਇਰੈਕਟ ਨੋਟੇਸ਼ਨ ਦੇ ਟਰਮਸ ਵਿੱਚ ਪ੍ਰਸਤੁਤ ਕੀਤਾ ਜਾ ਸਕਦਾ ਹੈ ਜਿੱਥੇ ਤੁਹਾਡੇ ਕੋਲ ਦੋ ਡਾਈਮੈਨਸ਼ਨਲ ਕੇਸ ਵਿੱਚ ਫਾਈ ਇੱਕ ਅਤੇ ਫਾਈ ਦੋ ਦੇ ਨਾਲ ਚਾਰ ਸੰਭਾਵਿਤ ਅਧਾਰ ਅਵਸਥਾਵਾਂ ਹੋਣਗੀਆਂ ਇਸ ਲਈ ਮੈਨੂੰ ਇਹ ਲਿਖਣ ਦਿਓ ਇਸ ਲਈ ਜੇਕਰ ਤੁਸੀਂ ਕੁਝ ਆਪਰੇਟਰੇ ਲੈਂਦੇ ਹੋ ਤਾਂ ਤੁਸੀਂ ਇਸ ਦੋ ਡਾਈਮੈਨਸ਼ਨਲ ਵੈਕਟਰ ਸਪੇਸ ਵਿੱਚ ਇਸ ਦੇ ਲਈ ਇੱਕ ਪ੍ਰਤੀਨਿਧਤਾ ਨੂੰ ਦੁਬਾਰਾ ਲਿਖ ਸਕਦੇ ਹੋ ਜਿਵੇਂ ਕਿ a11 a12 a21 a22 ਮੈਂ ਇਸ ਨੂੰ a11 f11 f12 a12 f12 a21 f21 a22 f22 a22 ਦੇ ਰੂਪ ਵਿੱਚ ਦੁਬਾਰਾ ਲਿਖ ਸਕਦਾ ਹਾਂ ए भी सही है। इस संखेप रूप विच आई जी उत्ते समेशन विच लिखो जो एक तो दो ए आई जे फाई आई फाइ जे है इसलिए जिवे असी आईसीआई फाई आई उत्ते टेटस आई नजो लिख्या है मैं कोई भी ऑपरेटर लिख सकता हाँ ए ऑपरेटर पोजिशन ऑपरेटर मोमेंटम ऑपरेटर एंगूलर मोमेंटम ऑपरेटर हो सकता है सब संभव है ऑपरेटर तो मेरा मतलब है कोई भी चीज जो ती ऑबजरवेबल देखते हो इसलिए उन्होंने क्वांटम मकैनिकस ਵਿੱਚ ਇੱਕ ਆਪਰੇਟਰ ਦਿੱਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਪਰਿਪਾਸ਼ਿਤ ਕੀਤਾ ਜਾ ਸਕਦਾ ਹੈ ਜਿਵੇਂ ਕਿ ਫਾਈ ਆਈ ਜਾ ਅਵਸਥਾ ਵਾਲੇ ਆਦਾਰ ਬਾਰੀ ਪ੍ਰੋਡਕਟ ਆਪਰੇਟਰ ਲਈ ਆਦਾਰ ਹੋਵੇਗਾ ਐਨ ਡਾਈਮੈਂਸ਼ਨਲ ਵੈਕਟਰ ਸਪੇਸ ਐਨ ਵਰਗ ਆਦਾਰ ਵਿੱਚ ਕਿੰਨੇ ਹੋਣਗੇ ਤੇ ਇਥੋਂ ਅਸੀਂ ਇੱਕ ਸਟ੍ਰੈਕਟ ਕਰ ਸਕਦੇ ਹਾਂ ਦੱਸ ਦਈਏ ਕਿ ਇੱਕ ਇੱਕ ਕਿ ਜੇਕਰ ਤੁਸੀਂ ਇਹ ਲੱਭਣਾ ਚਾਹੁੰਦੇ ਹੋ ਕਿ ਇੱਕ ਇੱਕ ਕੀ ਹੈ ਤਾਂ ਮੈਂ ਇਸ ਬਾਰੇ ਕਿਵੇਂ ਜਾਵਾਂਗਾ ਇਸ ਲਈ ਆਓ ਅਸੀਂ ਅਜੇਹਾ ਕਰੀਏ ਤਾਂ ਆਓ ਆਪਾਂ ਯਾਪਰੇਟਰ 51451 ਲਈਏ ਜੇਕਰ ਤੁਸੀਂ ਅਜੇਹਾ ਕਰਦੇ ਹੋ ਤਾਂ ਸਾਨੂੰ ਕੀ ਮਿਲਦਾ ਹੈ ਇੱਕ ਹੱਬੇ ਹੱਥ ਦੀ ਐਂਗੂਲਰ ਬ੍ਰੈਕਟ ਬਰੇ ਸਿਰਫ ਗੈਰ ਸਫਰ ਦੇਵੇਗੀ ਜਿਸ ਦੇ ਨਾਲ ਦੋ ਟਰਮਸ ਸਿਰਫ ਪਹਿਲਾ ਟਰਮਸ ਅਤੇ ਦੂਜਾ ਟਰਮਸ ਦੇ ਨਾਲ तीजा पदार्थो नॉर्मल संपत्ति द्वारा सिफर होगा हाँ तो सिफर है इसे तरह फाई एक फाई दो सिफर है इसलिए यह दो शब्द ब्रेकेट लगा सिफर हो जाएंगे ब्रा वैक्टर फाई एक जेकर मैं दोवे पास रखा तो यह सिफर हो जाएगा ये दोवें टर्मज जेकर मैं उस तो तद के रखता हाँ ते आपरेट करेगा अते इस स्टेटरेट करेगा टर्म की हो फाई एक सिफर होवेगा इसलिए असी इथों की प्राप्त करते हाँ सिर्फ गैर सिफ़र एलीमेंट ए एक एक ठीक हो जाएगा इसलिए जो भी इसने इथे पेश की कोशिश की है ਜੇ ਤੁਸੀਂ ਇੱਕ ਐਬਸਟ੍ਰੈਕਟ ਆਪਰੇਟਰ ਅਤੇ ਇੱਕ ਐਬਸਟ੍ਰੈਕਟ ਬੇਸਿਸ ਸਟੇਟਸ ਕਰਦੇ ਹੋ ਤੁਸੀਂ ਇਸ ਐਬਸਟ੍ਰੈਕਟ ਆਪਰੇਟਰ ਦੇ ਭਾਗਾਂ ਨੂੰ ਲੱਭ ਸਕਦੇ ਹੋ ਜਿਵੇਂ ਸੀ ਆਈ ਜਦੋਂ ਮੈਂ ਲੱਭਣਾ ਚਾਹੁੰਦਾ ਸੀ ਸੀ ਆਈ ਸੀ ਫਾਈ ਆਈ ਸਾਈ ਨਾਲ ਇਸ ਲਈ ਇਹ ਸਾਈ ਦੇ ਨਾਲ ਫਾਈ ਆਈ ਦੇ ਅੰਦਰੂਨੀ ਪ੍ਰੋਡਕਟ ਨੂੰ ਲੈਣਾ ਹੈ ਆਪਰੇਟਰ ਦੇ ਕੌਨਟੈਕਸਟ ਵਿੱਚ ਜੇਕਰ ਤੁਸੀਂ ਇਹਨਾ ਕੋਐਫੀਸ਼ੀਐਂਟਸ A I J ਨੂੰ ਲੱਭਣਾ ਚਾਹੁੰਦੇ ਹੋ ਤਾਂ ਤੁਹਾਨੂੰ Φ I A ਆਪਰੇਟਰ Φ J ਲੈਣਾ ਪਵੇਗਾ ਕੋਈ ਵੀ ਆਪਰੇਟਰ ਹੈਮਿਲਟੋਨियन ਆਪਰੇਟਰ ਜਿਸਨੂੰ ਤੁਸੀਂ ਲਿਖ ਸਕਦੇ ਹੋ ਆਦੀ ਆਪਰੇਟਰ ਦਾ ਵੀ ਇਹ ਆਧਾਰ ਹੁੰਦਾ ਹੈ ਆਧਾਰ ਇਸ ਦੇ ਇਹ ਬਾਰੀ ਪ੍ਰੋਡਕਟ ਹਨ ਇਹ ਵੈਕਟਰ ਹੈ ਤਾਂ ਜੋ ਐਨ ਵਰਗ ਆਧਾਰਿਤ ਹੋਵੇ ਅਤੇ ਤੁਸੀਂ ਇਹਨਾਂ ਬਾਰੀ ਪ੍ਰੋਡਕਟ ਸਪੈਸ਼ ਦੇ ਇਹ ਲੀਨੀਅਰ ਕੰਬੀਨੇਸ਼ਨਸ ਦੇ ਰੂਪ ਵਿੱਚ ਕਿਸੇ ਵੀ ਆਰਬਿਟਰੀ ਆਪਰੇਟਰਸ ਨੂੰ ਲਿਖ ਸਕਦੇ ਹੋ ਮੰਨ ਲਓ ਕਿ ਮੈਂ ਤੁਹਾਨੂੰ ਦਿੰਦਾ ਹਾਂ ਕਿ ਹੈਮਿਲਟੋਨੀਅਨ ਨੂੰ एप्सिलन एक फाई एक फाई एक पलस दो फाई दो फाई दो दिता है मान लो कि मैं तो इसका वांग आपरेटर हान, कोई क्रास टर्मस नहीं इसलिए ए मैट्रिकस प्रतिनिधता होगी इसगोनल नाल ए डायगोनल मैट्रिकस ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਤੁਹਾਨੂੰ ਨੋਟੇਸ਼ਨ ਵਿੱਚ ਦਿੱਤੇ ਗਏ ਕਿਸੇ ਵੀ ਆਪਰੇਟਰਸ ਨੂੰ ਪੜਨ ਦੇ ਯੋਗ ਹੋਣ ਦੀ ਲੋੜ ਹੈ ਅਸਲ ਵਿੱਚ ਇਸਦਾ ਕੀ ਅਰਥ ਹੈ ਜੇਕਰ ਤੁਸੀਂ ਇਸ ਨੂੰ ਮੈਟ੍ਰਿਕਸ ਆਪਰੇਟਰ ਮੈਟ੍ਰਿਕਸ ਰਿਪਰੈਜੈਂਟੇਸ਼ਨ ਦੇ ਤੌਰ ਤੇ ਪਾਉਂਦੇ ਹੋ ਤਾਂ ਸਾਨੂੰ ਉੱਥੋਂ ਪੜਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਇਹ ਡਾਇਗੋਨਲ ਹੈ ਕਿ ਇਹ ਆਫ ਡਾਇਗੋਨਲ ਹੈ ਪਰ ਇੱਕ ਵਾਰ ਜਦੋਂ ਤੁਸੀਂ ਇਸ ਨੂੰ ਇਸ ਨੋਟੇਸ਼ਨ ਵਿੱਚ ਪਾ ਦਿੰਦੇ ਹੋ ਤਾਂ ਇਜਨ ਵੈਲੂਇਸ ਤੇ ਇਜਨ ਵੈਕਟਰਸ ਲੱਭਦੇ ਹੋ ਤੁਸੀਂ ਆਪਣੇ ਗਣਿਤ ਕੋਰਸ ਵਿੱਚ ਪਹਿਲਾਂ ਹੀ ਸਹੀ ਕਰ ਚੁੱਕੇ ਹੋ ਕੋਈ ਵੀ 2x2 ਮੈਟ੍ਰਿਕਸ ਜੇਕਰ ਮੈਂ ਤੁਹਾਨੂੰ a b c d ਦਿੰਦਾ ਹਾਂ ਤਾਂ ਤੁਸੀਂ ਇਜਨ ਵੈਲਿਊਜ਼ ਕਿਵੇਂ ਲੱਭ ਸਕਦੇ ਹੋ ਤਾਂ ਇਹ -λi ਡਿਟਰਮੀਨੈਂਟ 0 ਦੇ ਬਰਾਬਰ ਹੈ ਤੁਸੀਂ ਉਸ ਸੱਜੇ ਤੋਂ ਇਜਨ ਵੈਲਿਊਜ਼ ਲੱਭ ਸਕਦੇ ਹੋ ਇਸ ਲਈ ਤੁਹਾਨੂੰ λ1 ਅਤੇ λ2 ਦੇਣਾ ਪਵੇਗਾ ਜਿਵੇਂ ਕਿ ਇਸ ਮੈਟ੍ਰਿਕਸ ਦੁਆਰਾ ਦਿੱਤੇ ਗਏ ਇਜਨ ਵੈਲਿਊਸ e a ਮਾਈਨਸ ਲੈਂਬਡਾ ਆਈ ਡਿਟਰਮੀਨੈਂਟ ਹੈ ਜੋ ਕਿ ਸਿਫਰ ਹੋਣਾ ਚਾਹੀਦਾ ਹੈ ਫਿਰ ਤੁਸੀਂ ਇਸ ਨੂੰ ਹੱਲ ਕਰਦੇ ਹੋ ਤੇ ਤੁਸੀਂ ਇਹ ਲੱਭ ਲੈਂਦੇ ਹੋ ਕਿ ਦੋ ਇਜੇਨ ਵੈਲਿਊਸ ਕੀ ਹਨ ਅਤੇ ਇੱਕ ਵਾਰ ਜਦੋਂ ਤੁਸੀਂ ਇਜੇਨ ਵੈਲਿਊਸ ਨੂੰ ਜਾਣ ਲੈਂਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਇਜੇਨ ਵੈਕਟਰਸ ਨੂੰ ਕਿਵੇਂ ਲੱਭਣਾ ਹੈ ਇਹ ਡਾਇਗੋਨਲ ਆਪਰੇਟਰ ਲਈ ਇੱਕ ਕੋਮ ਪੈਕੇਟ ਡਾਇਰਕ ਨੋਟੇਸ਼ਨ ਹੈ ਪਰ ਜੋ ਵੀ ਮੈਂ ਉੱਥੇ ਇਹ ਫਾਈਨਾਈਟ ਡਾਈਮੈਂਸ਼ਨਲ ਵੈਕਟਰ ਸਪੈਸ਼ਲੀ ਲਿਖਦਾ ਹਾਂ ਤੁਸੀਂ ਇਸਨੂੰ ਮੈਟ੍ਰਿਕਸਿਸ ਵਿੱਚ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ ਤੇ ਤੁਸੀਂ ਉਸ ਨਾਲ ਕੰਮ ਕਰ ਸਕਦੇ ਹੋ ਜੋ ਤੁਸੀਂ ਆਪਣੇ ਮੈਟ੍ਰਿਕਸ ਤੋਂ ਜਾਣਦੇ ਹੋ ਇਸ ਲਈ ਇਸ ਆਪਰੇਟਰ ਦੇ ਇਜਨ ਵੈਲਿਊਇਸ ਕੀ ਹਨ ਜੇਕਰ ਮੈਂ ਤੁਹਾਨੂੰ ਪੁੱਛਦਾ ਹਾਂ ਇਹ ਬਹੁਤ ਮਾਮੂਲੀ ਹੈ ਐਪਸਿਲਨ 1 ਅਤੇ ਐਪਸਿਲਨ 2 ਇਜਨ ਵੈਲਿਊਇਸ ਹਨ ਅਤੇ ਆਧਾਰ ਅਵਸਥਾਵਾਂ ਫਾਈ 1 ਅਤੇ ਫਾਈ 2 ਹਨ ਜੋ ਇੱਕ ਸਿਫਰ ਅਤੇ ਸਿਫਰ ਇੱਕ ਹਨ ਇਹ ਇੱਕ ਚਾਲ ਵਾਲਾ ਸਵਾਲ ਹੋ ਸਕਦਾ ਹੈ ਜੋ ਤੁਹਾਨੂੰ ਇਜਨ ਵੈਲਿਊਇਸ ਅਤੇ इजेन स्लब बन ली पुछ सकदा है इजेनवेक्टोर्स लम करने कुछ भी नहीं है पर जेकर मैं तो ए मैंफ डाइगोनल मैट्रिकस दिता हाँ तो थोड़ा जेहा काम करने की लोड़ है क्योंकि एक बार मेरे कोल ए ऑफ डायगोनल मैट्रिकस हो जान तो बाद ये तो पता लगा दी लोड नहीं है कि इजेन सते मैटरिस की हैं इसलिए मैं हुणे इस हों लघ्या है कि तेल तो फाई एक फाई दो है जो ओरथोनोरमल आधार है अते साई एक सई दो कि ਗੈਰ ਔਰਥੋਗੋਨਲ ਹੈ ਅਤੇ ਤੁਸੀਂ ਇਹ ਗ੍ਰਾਮ ਸ਼ਮਿਟ ਔਰਥੋਗੋਨਲਿਜ਼ਟਿਓਨ ਕਰ ਸਕਦੇ ਹੋ ਅਤੇ ਪ੍ਰਕਿਰਿਆ ਵਿੱਚ ਤੁਸੀਂ ਇਹ ਫਾਈ 1 ਫਾਈ 1 ਦੇਖਦੇ ਹੋ ਜੋ ਕਿ ਕੁਝ ਨਹੀਂ ਹੈ ਪਰ ਇਹ ਬਾਰੀ ਪ੍ਰੋਡਕਟ ਕੁਝ ਨਹੀਂ ਹੈ ਪਰ ਇਹ ਪ੍ਰੋਜੈਕਸ਼ਨ ਆਪਰੇਟਰ ਇਹ ਸਬ ਸਪੇਸ ਫਾਈ 1 ਨੂੰ ਪ੍ਰੋਜੈਕਟ ਕਰ ਰਿਹਾ ਹੈ ਅਤੇ ਤੁਸੀਂ ਇਸ ਨੂੰ ਘਟਾਉਂਦੇ ਹੋ ਅਤੇ ਫਿਰ ਜੋ ਤੁਸੀਂ ਪ੍ਰਾਪਤ ਕਰਦੇ ਹੋ ਉਹ ਅਵਸਥਾ ਹੈ ਜੋ ਫਾਈ 1 ਲਈ ਔਰਥੋਗੋਨਲ ਆਧਾਰ ਹੋ ਸਕਦੀ ਹੈ ਅਤੇ ਇਹ ਉਹ ਹੈ ਜਿਸ ਨੂੰ ਅਸੀਂ ਪ੍ਰੋਜੈਕਸ਼ਨ ਆਪਰੇਟਰ ਕਹਿੰਦੇ ਹਾਂ ਅਤੇ ਦੋ ਡਾਈਮੈਂਸ਼ਨਲ ਵਿੱਚ ਅਸੀਂ ਦੋ ਪ੍ਰੋਜੈਕਸ਼ਨ ਆਪਰੇਟਰ ਲਿਖ ਸਕਦੇ ਹਾਂ ਜਿਨ੍ਹਾਂ ਦਾ ਜੋੜ ਇੱਕ ਆਈਡੈਂਟੀਟੀ ਆਪਰੇਟਰ ਹੈ ਇਸ ਲਈ ਇਹ ਐਨ ਡਾਈਮੈਂਸ਼ਨਲ ਵੈਕਟਰ ਸਪੇਸ ਲਈ ਤੁਸੀਂ ਉਹਨਾਂ ਵਿੱਚੋਂ ਪ੍ਰੋਜੈਕਸ਼ਨ ਆਪਰੇਟਰ ਨੂੰ ਐਨ ਲਿਖ ਸਕਦੇ ਹੋ ਇੱਕ ਹੋ ਜਾਵੇਗਾ ਜੇ ਇਹ ਨਹੀਂ ਹੈ ਤਾਂ ਇਸ ਦਾ ਕੀ ਅਰਥ ਹੈ ਮੰਨ ਲਓ ਕਿ ਇੱਕ ਤੁਸੀਂ ਪੂਰੀ ਸਪੇਸ नू फैलाया नहीं है तहन तो आधार अवस्थाव का पूरा सैट नहीं मिलिया है मान लो कि तुसी एक एक सवाई जैड होते मैं तुहु तो सिर्फ पी एक अते पी दो दिदा हाँ ते मैं हाँ कि इतने सिर्फ फाई एक अते फाई दो हान अते जेकर एक एक दे बराबर नहीं है पूरी स्पैश फैलिया नहीं है तेल तो एक होर होना चाहता है फिर य एक पूरन आधार सैट नहीं है ਤੁਹਾਨੂੰ ਇਹ 3 ਡਾਈਮੈਨਸ਼ਨਲ R3 ਲਈ ਦੇਣਾ ਪਵੇਗਾ ਮੈਨੂੰ ਤੁਹਾਨੂੰ i ਕੈਪ ਜੇ ਕੈਪ ਅਤੇ k ਕੈਪ ਦੇਣਾ ਪਵੇਗਾ ਜੇ ਮੈਂ ਤੁਹਾਨੂੰ ਸਿਰਫ i ਕੈਪ ਜੇ ਕੈਪ ਦਿੰਦਾ ਹਾਂ ਤਾਂ ਇਹ ਪੂਰਾ ਨਹੀਂ ਹੈ ਤੁਸੀਂ ਸਾਰੇ ਸਹਿਮਤ ਹੋ ਇਸ ਲਈ ਇੱਕ ਕੰਡੀਸ਼ਨ ਜੋ ਅਸੀਂ ਲਿਖਦੇ ਹਾਂ ਇਹ ਕੰਡੀਸ਼ਨ ਹੈ ਕਿ ਕਿਸੇ ਦਿੱਤੇ ਆਡਾਰ ਸੈਟ ਦੇ ਸਾਰੇ ਪ੍ਰੋਜੈਕਸ਼ਨ ਆਪਰੇਟਰ ਦਾ ਆਈਡੈਂਟੀਟੀ ਹੋਣ ਦੀ ਸੰਪੂਰਨਤਾ ਕੰਡੀਸ਼ਨ ਹੈ ਇਹ ਸੰਪੂਰਨਤਾ ਦੀ ਕੰਡੀਸ਼ਨ ਹੈ ਅਤੇ ਸਾਨੂੰ ਇਸ ਦੀ ਲੋੜ ਹੈ ਜਿਸ ਤੋਂ ਬਿਨਾ ਅਸੀਂ ਕੰਮ ਨਹੀਂ ਕਰ ਸਕਦੇ ਅਸੀਂ ਵਾਦਾ ਨਹੀਂ ਕਰ ਸਕਦੇ ਇਹ ਆਦਾਰ ਸੈਟ ਜੇ ਮੈਂ ਕਹਾ ਕਿ ਇਹ ਆਦਾਰ ਸੈਟ ਹੈ ਤਾਂ ਇਸ ਕ੍ਰਾਈਟਰੀਅਨ ਨੂੰ ਪੂਰਾ ਕਰਨਾ ਹੋਵੇਗਾ ਇਸ ਲਈ ਜੇਕਰ ਮੈਂ ਅਰਥੋਨਰਮਲ ਆਦਾਰ ਸੈਟ કહਾਂ फाई आई फाई आईवर आई तो एन तक एक है। है परिभाषा द्वारा एक आधार कहा कह इस संतुष्ट करना होगा। इस संपूर्णता की कंडीशन कहा जाता है तो हानु एक बार आर्थोनर्मल बेसिस तो बाद ए समझिया जाता है कि ए सारे आई जे ले डेल्टा आई जे है जो कि है एक तो एन होर की कोई भी आर्बिटरी ऑपरेटर जे समे आई जे फाई आई फाई जे दे रूप मुड़ लिखण योग होवेगा ਕੋਈ ਵੀ ਆਰਬਿਟਰਰੀ ਸਟੇਟ ਸਾਈ ਲਿਖਿਆ ਜਾ ਸਕਦਾ ਹੈ ਕਿਉਂਕਿ ਇਹ ਧਿਆਨ ਰੱਖਦਾ ਹੈ ਆਡਾਰ ਸੈਟ ਵਿੱਚ ਸਪੈਨ ਅਤੇ ਸੰਪੂਰਨਤਾ ਦੀ ਕੰਡੀਸ਼ਨ ਅਤੇ ਇੱਕ ਕ੍ਰਾਈਟੇਰੀਆ ਸ਼ਾਮਲ ਹੁੰਦੇ ਹਨ ਕਿ ਇਹ ਸਪਸ਼ਟ ਹੈ a2 क्रॉस 2 ਦੋ ਡਾਈਮੈਨਸ਼ਨਲ ਵੈਕਟਰ ਸਪੇਸ ਅਤੇ ਦੋ ਕ੍ਰਾਸ ਦੋ ਮੈਟ੍ਰੀਸਿਸ ਵਿੱਚ ਡਾਇਰਕ ਨੋਟੇਸ਼ਨ ਅਤੇ ਤੁਹਾਡੇ ਜਾਣੇ ਪਛਾਣੇ ਮੈਟ੍ਰੀਸਿਸ ਦੇ ਵਿੱਚ ਕਾਰ ਖੇਡਣਾ ਜੇਕਰ ਤੁਸੀਂ ਇਸ ਬਾਰੇ ਸਪਸ਼ਟ ਹੋਤਾ ਤੁਸੀਂ ਕੋਈ ਵੀ ਤਿੰਨ ਕ੍ਰਾਸ ਦਿਨ ਨੈਨ ਕ੍ਰਾਸ ਐਨ ਕਰ ਸਕਦੇ ਹੋ ਆਪਰੇਟਰ ਦੇ ਫੰਕਸ਼ਨਾਂ ਦਾ ਕੀ ਹੁੰਦਾ ਹੈ ਮੰਨ ਲਓ ਕਿ ਮੈਂ ਇੱਕ ਆਪਰੇਟਰ ਐ ਨੂੰ i j a i j 5 i 5 j ਉੱਤੇ ਸਮੇਸ਼ਨ ਵੱਜੋਂ ਲਿਖਦਾ ਹਾਂ ਆਪਰੇਟਰ ਦੇ ਫੰਕਸ਼ਨਾਂ ਦਾ ਕੀ ਹੁੰਦਾ ਹੈ ਮਨ ਲੋ ਕਿ ਮੈਂ ਇਹ ਕਰਨਾ ਚਾਹੁੰਦਾ ਹਾਂ ਇਹ ਇੱਕ ਸਵਾਲ ਹੈ ਅਤੇ ਫਿਰ ਤੁਸੀਂ ਇਸ ਨੂੰ a ਆਪਰੇਟਰ ਦੇ ਐਕਸਪੋਨੈਂਸ਼ੀਅਲ ਵਿੱਚ ਐਕਸਟ੍ਰਾਪੋਲੇਟ ਕਰ ਸਕਦੇ ਹੋ a ਕੀ ਹੈ ਇੱਕ ਵਰਗ ਇਸ ਨੂੰ ਦੁਹਰਾ ਰਿਹਾ ਹੈ ਤੁਸੀਂ ਦੋ ਵੱਖ-ਵੱਖ ਸੂਚਕਾਂਕ ਲਗਾ ਸਕਦੇ ਹੋ ਅਤੇ ਇਸ ਨੂੰ ਸਹੀ ਕਰ ਸਕਦੇ ਹੋ a ਵਰਗ ਦਾ ਸਮੇਸ਼ਨ ਐਮ ਐਨ ਐਮ ਐਨ ਉੱਤੇ ਹੋਵੇਗਾ ਅਤੇ ਫਿਰ ਤੁਹਾਡੇ ਕੋਲ f m f n ਹੋਵੇਗਾ ਅਤੇ ਫਿਰ ਆਈ ਜੇ ए आई जे फाई आई फाई जे ਉੱਤੇ ਸਮੇਸ਼ਨ ਹੋਵੇਗਾ ਅਤੇ ਫਿਰ ਤੁਹਾਨੂੰ ਕੀ ਕਰਨਾ ਹੈ ए ਨੰਬਰ ਹਨ फाई ਐਂਡ ਫਾਈ ਆੀ ਹੋ ਜਾਵੇਗਾ ਸਮੇਸ਼ਨ ਉੱਤੇ ਐਮ ਐਨ ਆਈ ਜੇ ਇਸ ਨੂੰ ਬਾਹਰ ਕੱਢੋ ਸਮੇਸ਼ਨ सारे स्केलर बाहर क्ड लेंगे फिर साढ़े कोल की है फाई एम फिर फाइ एन फाई आई फाइ जे है, ए है येल्टा एन आई है इसलिए तो कोम एन आई जे डेल्टा एन आई एमएन माफ करना एमएन एआईजे फिर 5एम5जे ਦਾ ਸਾਰ ਹੋਵੇਗਾ ਇਸ ਲਈ ਜਿੱਥੇ ਵੀ ਐਮ ਹੈ ਮੈਂ ਇਸ ਨੂੰ ਆਈ ਨਾਲ ਬਦਲ ਸਕਦਾ ਹਾਂ ਅਤੇ ਆਈ ਦਾ ਇੱਕ ਸਮੇਸ਼ਨ ਖਤਮ ਹੋ ਗਿਆ ਹੈ ਇਸ ਲਈ ਇਸ ਚੀਜ਼ ਨੂੰ ਤੁਸੀਂ ਇਸ ਨੂੰ MJTH ਐਲੀਮੈਂਟ ਦੇ ਵਰਗ ਦੇ ਰੂਪ ਵਿੱਚ ਲਿਖ ਸਕਦੇ ਹੋ ਤੁਸੀਂ ਅਸਲ ਵਿੱਚ ਦੇਖ ਸਕਦੇ ਹੋ ਕਿ ਜੇਕਰ a ਹੈ ਤਾਂ ਇਹ ਇੱਕ ਵਰਗ ਦਾ ਇੱਕ ਫੰਕਸ਼ਨ ਬਣ ਜਾਂਦਾ ਹੈ ਉਸ ਆਪਰੇਟਰ ਦਾ ਫੰਕਸ਼ਨ a ਕੋਐਫੀਸ਼ੀਐਂਟਸ ਤਾਂ a ਉਹ ਹੈ ਜੋ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤੇ ਇਹ ਜਨਰਲ ਲਈ ਕਰ ਸਕਦੇ ਹੋ ਇਸ ਲਈ ਸਿਰਫ ਤੁਹਾਨੂੰ ਇਹ ਦੱਸਣ ਲਈ ਕਿ ਹੇਰਮਿਟਿਅਨ ਕੀ ਹੈ ਤੁਸੀਂ ਆਪਣੇ ਪਹਿਲਾ ਕੋਰਸ ਵਿੱਚ ਹੇਰਮਿਟਿਅਨ ਆਪਰੇਟਰ ਬਾਰੇ ਕੀ ਸਿੱਖਿਆ ਹੈ ਇੱਕ ਆਪਰੇਟਰ ਜੋ ਐਕਸ ਦੇ ਸਾਈ ਤੇ ਕੰਮ ਕਰਦਾ ਹੈ ਜੇਕਰ ਇਹ ਤੁਹਾਨੂੰ ਐਕਸ ਦਾ ਸਾਈ ਦਿੰਦਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਜੇਨ ਵੈਲਿਊ ਹੈ ਹੇਰਮਿਟਿਅਨ ਆਪਰੇਟਰ ਲਈ ਕੀ ਲੋਡ ਹੈ ਇਹ ਇੱਕ ਇਕੁਏਸ਼ਨ ਇਕੁਏਸ਼ਨ ਹੈ ਇਹ ਇਕੁਏਸ਼ਨ ਹੈ ਜੇਕਰ ਤੁਸੀਂ ਇਹ ਤੋਬੀ ਕਲ ਕਰਨਾ ਚਾਹੁੰਦੇ ਹੋ ਇਹ ਕੈਪੀਟਲ ਨੂੰ ਇਹ ਆਪਰੇਟਰ ਹੈ ਹਰਮਿਟਿਨ ਆਪਰੇਟਰ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਰੀਅਲ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਡੀ ਇੱਕਸ ਆਪਰੇਟਰ ਦੁਆਰਾ ਡੀ ਦਾ ਇੱਕ ਐਕਸਪੈਕਟੇਸ਼ਨ ਵੈਲਿਊ ਕਰਦੇ ਹੋ ਤਾਂ ਕੀ ਹੁੰਦਾ ਹੈ ਤੁਸੀਂ ਇਸਨੂੰ ਇਮੇਜਨਰੀ ਦਿਖਾ ਸਕਦੇ ਹੋ ਕਿ ਤੁਸੀਂ ਇਹ ਬਕਸੇ ਵਿੱਚ ਆਪਣੇ ਪਾਰਟੀਕਲ ਵਿੱਚ ਇਸ ਦੀ ਕੋਸ਼ਿਸ਼ ਕੀਤੀ ਹੈ ਕਿਰਪਾ ਕਰਕੇ ਕਰੋ ਇਹ ਬਕਸੇ ਵਿੱਚ ਪਾਰਟੀਕਲ ਪਾਰਟੀਕਲ ਨੂੰ ਪਹਿਲਾ ਐਕਸਾਈਟਡ ਸਟੇਟ ਜਾਂ ਗਰਾਉਂਡ ਸਟੇਟ ਜਾਂ ਕਿਸੇ ਵੀ ਅਵਸਥਾ ਵਿੱਚ ਲਾਓ ਪਤਾ ਕਰੋ ਕਿ ਡੀ ਬਾਈ ਡੀ ਇੱਕਸ ਦਾ ਐਕਸਪੈਕਟੇਸ਼ਨ ਵੈਲਿਊ ਕੀ ਹੈ ਇਸ ਲਈ ਡੀ ਬਾਈ ਡੀクセ ਨਹੀਂ ਹੈ ਇਹ ਮੈਨੂ ਐਕਸਪੈਕਟੇਸ਼ਨ ਵੈਲਿਊ ਦੇ ਰਿਹਾ ਹੈ ਜੋ ਇਮੇਜਨਰੀ ਹਨ ਜੋ ਕਿ ਇੱਕ ਆਬਜ਼ਰਵੇਬਲ ਕੁਆਂਟੀਟੀ ਨਹੀਂ ਹੈ ਇਸ ਲਈ ਇਸ ਨੂੰ ਆਈਡੀ ਬਾਈ ਡੀਐਕਸ ਕਰਦੇ ਹਾਂ ਕਿਉਂਕਿ ਡਾਈਮੈਨਸ਼ਨਲ ਚੀਜ਼ਾਂ ਦੇ ਨਾਲ ਤੁਹਾਡੇ ਕੋਲ ਇਹ ਨੈਗੇਟਿਵ ਚਿੰਨ੍ਹ ਦੇ ਨਾਲ ਇੱਕ ਐਚ ਕ੍ਰਾਸ ਵੀ ਹੁੰਦਾ ਹੈ ਇਹ ਰੀਅਲ ਹੋਵੇਗਾ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਅਸਾਈਨਮੈਂਟ ਸਮੱਸਿਆਵਾਂ ਵਿੱਚੋਂ ਇੱਕ ਵਿੱਚ ਕੀਤਾ ਹੋਵੇਗਾ ਡੇ ਲੇਕਸ ਦੁਆਰਾ ਡੇਲ ਦਾ ਇੱਕ ਐਕਸਪੈਕਟੇਸ਼ਨ ਵੈਲਿਊ ਇਮੇਜినਰੀ ਹੈ ਕਿ ਤੁਸੀਂ ਇਹ ਕੀਤਾ ਹੈ ਜਾਂ ਨਹੀਂ ਜੇ ਤੁਸੀਂ ਇਹ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਕਰੋ ए औखा नहीं है कृपा करके कोशिश करो साबित करो कि बक्से विच एक पार्टिकल ले डेल एक्स ऑपरेटर द्वारा डेल द एक्सपेक्टेशन वैल्यू ए इमेजिनरी है जदों की माइनस आईएच क्रास डेल बाय डेल एकस रियल हो जा रहा है इसलिए जेकर तुसी ए ओबजरवेबल कॉल करना चाहते हो ऑपरेटर की वैल्यू रियल होना चाहिए है इसलिए डी बाई एक्स ऑपरेटर एक्सपैक्टे वैल्यू रियल नहीं है ए इमेजनरी है इसलिए तो मोमेंटम ऑपरेटर माइनस आईएच क्रास डेल बाय एक्स है क्योंकि ए एक्सपैक्टेष वैल्यू रियल होगा ये वो चीज है जो जो तीन जानते हो असी ती जाते हाँ ਮੈਂ ਇਹ ਬੁੱਧਵਾਰ ਨੂੰ ਤੁਹਾਡੇ ਬ੍ਰੇਕ ਤੋਂ ਵਾਪਸ ਆਉਣ ਤੋਂ ਬਾਅਦ ਕਰਾਂਗਾ ਅਤੇ ਫਿਰ ਹੀਰਮੇਟਿਕ ਸਿਟੀ ਕੰਡੀਸ਼ਨ ਮੈਨੂ ਇੱਥੇ ਰੁਕਣ ਦਿਓ